ਅੱਜਕੱਲ ਕ੍ਰਿਕਟ ਵੇਖਣ ਤੇ ਖੇਡਣ ਵਾਲੇ ਦੁਨੀਆ ਦੇ ਹਰ ਮੁਲਕ ਦੇ ਵਿੱਚ ਮੌਜੂਦ ਨੇ। ਵੇਲੇ ਦੇ ਨਾਲ ਨਾਲ ਕ੍ਰਿਕਟ ਅੰਦਰ ਵੀ ਤਬਦੀਲੀਆਂ ਆਉਂਦੀਆਂ ਰਹੀਆਂ ਨੇ। ਟੈਸਟ ਮੈਚ ਤੋਂ ਵਨਡੇ ਮੈਚ, ਵਨਡੇ ਤੋਂ T20 ਤੇ ਹੁਣ ਤੇ ਇਸ ਤੋਂ ਵੀ ਸ਼ਾਰਟ ਫਾਰਮੈਟ ਬਾਰੇ ਸੋਚਿਆ ਜਾ ਰਿਹਾ ਹੈ। ਕ੍ਰਿਕਟ ਉਂਝ ਤੇ ਅੰਗਰੇਜ਼ਾਂ ਦੀ ਇਜਾਦ ਹੈ, ਪਰ ਹੁਣ ਇਹ ਪਾਕਿਸਤਾਨ, ਇੰਡੀਆ, ਸ੍ਰੀਲੰਕਾ, ਵੈਸਟ ਇੰਡੀਜ਼, ਅਫਰੀਕਾ ਤੇ ਹੋਰ ਬਹੁਤ ਸਾਰੇ ਮੁਲਕਾਂ ਦੇ ਵਿੱਚ ਵੀ ਖੇਡੀ ਜਾਂਦੀ ਹੈ। ਜੇ ਤੁਸੀਂ ਕ੍ਰਿਕਟ ਦੇ ਨਾਲ ਥੋੜ੍ਹੀ ਜਿਹੀ ਵੀ ਦਿਲਚਸਪੀ ਰੱਖਦੇ ਹੋ ਤੇ ਤੁਹਾਨੂੰ ਇਸ ਗੱਲ ਦਾ ਪਤਾ ਹੋਵੇਗਾ ਕਿ ਕ੍ਰਿਕਟ ਖੇਡਣ ਵਾਲੀਆਂ ਟੀਮਾਂ ਅੰਦਰ ਜਰਮਨੀ ਦੀ ਟੀਮ ਦਾ ਨਾਂ ਨਹੀਂ ਆਉਂਦਾ। ਇਸ ਦੀ ਕੀ ਵਜ੍ਹਾ ਹੈ? ਸਨ 1940 ਤੋਂ ਪਹਿਲਾਂ ਕਿਹਾ ਜਾਂਦਾ ਹੈ ਕਿ ਜਰਮਨੀ ਵਿੱਚ ਕ੍ਰਿਕਟ ਬਹੁਤ ਜ਼ਿਆਦਾ ਪਸੰਦ ਤੇ ਖੇਡਿਆ ਜਾਣ ਵਾਲਾ ਖੇਡ ਸੀ, ਪਰ ਹਿਟਲਰ ਦੀਆਂ ਡਿਕਟੇਟਰ ਪਾਲਿਸੀਆਂ ਵਜੋਂ ਇਸ ਖੇਡ ਤੇ ਨਾ ਸਿਰਫ ਪਾਬੰਦੀ ਲਾ ਦਿੱਤੀ ਗਈ ਬਲਕਿ ਟੀਮ ਦੇ ਸਾਰੇ ਖਿਡਾਰੀਆਂ ਨੂੰ ਸਮੁੰਦਰ ਦੇ ਵਿੱਚ ਸੁੱਟ ਦਿੱਤਾ ਗਿਆ। ਕੀ ਇਹ ਸਿਰਫ ਕਹਾਣੀ ਹੈ ਜਾਂ ਇਸ ਗੱਲ ਦੇ ਵਿੱਚ ਕੋਈ ਹਕੀਕਤ ਵੀ ਹੈ? ਅੱਜ ਅਸੀਂ ਤੁਹਾਡੇ ਨਾਲ ਇਸੇ ਬਾਰੇ ਗੱਲਬਾਤ ਕਰਾਂਗੇ। ਇਸ ਬਾਰੇ ਜਿਹੜੀ ਗੱਲ ਜ਼ਿਆਦਾ ਮਸ਼ਹੂਰ ਹੈ, ਉਸ ਦੇ ਮੁਤਾਬਕ 1939 ਵਿੱਚ ਇੰਗਲੈਂਡ ਤੇ ਜਰਮਨੀ ਦਰਮਿਆਨ 5 ਦਿਨਾਂ ਦਾ ਟੈਸਟ ਮੈਚ ਖੇਡਿਆ ਜਾ ਰਿਹਾ ਸੀ। ਆਖਿਆ ਜਾਂਦਾ ਹੈ ਭਈ ਇਸ ਮੈਚ ਵਿੱਚ ਹਿਟਲਰ ਦਾ ਆਪਣਾ ਵੀ ਇੰਟਰਸਟ ਸ਼ਾਮਲ ਸੀ ਤੇ ਉਹ ਆਪ ਵੀ ਇਹ ਮੈਚ ਵੇਖ ਰਿਹਾ ਸੀ ਤੇ ਉਹਦੇ ਨਾਲ ਨਾਲ ਪੂਰੀ ਜਰਮਨ ਕੌਮ ਵੀ ਇਹ ਮੈਚ ਵੇਖ ਰਹੀ ਸੀ। 5 ਦਿਨਾਂ ਤੋਂ ਬਾਅਦ ਜਦੋਂ ਇਹ ਟੈਸਟ ਮੈਚ ਡਰਾ ਹੋ ਗਿਆ ਤੇ ਹਿਟਲਰ ਦਾ ਬੜਾ ਵੱਡਾ ਰਿਐਕਸ਼ਨ ਸਾਹਮਣੇ ਆਇਆ। ਉਸ ਨੇ ਆਖਿਆ ਕਿ 5 ਦਿਨਾਂ ਤੱਕ ਕੌਮ ਦਾ ਟਾਈਮ ਬਰਬਾਦ ਕੀਤਾ ਗਿਆ ਹੈ, ਇਸ ਲਈ ਉਹਨੇ ਜਰਮਨੀ ਦੇ ਵਿੱਚ ਕ੍ਰਿਕਟ ਖੇਡਣ ਤੇ ਪਾਬੰਦੀ ਲਾ ਦਿੱਤੀ। ਇਹ ਕਹਿ ਕੇ ਕਿ ਇਹ ਖੇਡ ਸਿਰਫ ਕੌਮ ਦਾ ਟਾਈਮ ਬਰਬਾਦ ਕਰ ਰਿਹਾ ਹੈ, ਇਹਦੇ ਨਾਲ ਨਾਲ ਉਸ ਨੇ ਹੁਕਮ ਦਿੱਤਾ ਕਿ ਜਰਮਨ ਟੀਮ ਨੂੰ ਕਤਲ ਕਰ ਦਿੱਤਾ ਜਾਵੇ ਤਾਂ ਜੋ ਲੋਕੀ ਇਸ ਖੇਡ ਵੱਲ ਨਾ ਆਵਣ। ਇਸ ਤਰ੍ਹਾਂ ਹਿਟਲਰ ਦੇ ਹੁਕਮ ਤੇ ਜਰਮਨ ਕ੍ਰਿਕਟ ਟੀਮ ਦੇ ਖਿਡਾਰੀਆਂ ਨੂੰ ਹਵਾਈ ਜਹਾਜ਼ ਰਾਹੀਂ ਸਮੁੰਦਰ ਦੇ ਵਿੱਚ ਸੁੱਟ ਦਿੱਤਾ ਗਿਆ। ਇਹ ਉਹ ਕਹਾਣੀ ਹੈ ਜੋ ਜਰਮਨ ਕ੍ਰਿਕਟ ਟੀਮ ਬਾਰੇ ਮਸ਼ਹੂਰ ਹੈ, ਪਰ ਤੁਹਾਨੂੰ ਦੱਸਦੇ ਚੱਲੀਏ ਕਿ ਇਸ ਕਹਾਣੀ ਦੇ ਵਿੱਚ ਕੋਈ ਵੀ ਹਕੀਕਤ ਨਹੀਂ। ਇਸ ਕਹਾਣੀ ਨੂੰ ਕ੍ਰੀਏਟ ਕੀਤਾ ਗਿਆ ਹੈ ਤੇ ਇਹਨੂੰ ਇਸ ਤਰੀਕੇ ਦੇ ਨਾਲ ਫੈਲਾ ਦਿੱਤਾ ਗਿਆ ਹੈ ਕਿ ਅੱਜ ਵੀ ਲੋਕ ਇਸ ਕਹਾਣੀ ਨੂੰ ਸੱਚ ਸਮਝਦੇ ਨੇ। ਤੁਹਾਨੂੰ ਇਹ ਵੀ ਦੱਸੀਏ ਕਿ ਜਰਮਨੀ ਦੇ ਵਿੱਚ 1950 ਤੋਂ ਲੈ ਕੇ ਹੁਣ ਤੱਕ ਜਰਮਨ ਕ੍ਰਿਕਟ ਐਸੋਸੀਏਸ਼ਨ ਕ੍ਰਿਕਟ ਤੇ ਕ੍ਰਿਕਟ ਦੇ ਵਧਾ ਲਈ ਕੰਮ ਕਰ ਰਹੀ ਹੈ। ਜਰਮਨ ਕ੍ਰਿਕਟ ਐਸੋਸੀਏਸ਼ਨ ਦੇ ਮੁਤਾਬਕ ਇਸ ਕਹਾਣੀ ਵਿੱਚ ਕੋਈ ਹਕੀਕਤ ਨਹੀਂ ਹੈ। ਜਰਮਨ ਕ੍ਰਿਕਟ ਟੀਮ ਦਾ ਅੱਜ ਤੱਕ ਇੰਗਲੈਂਡ ਦੀ ਟੀਮ ਦੇ ਨਾਲ ਕੋਈ ਮੈਚ ਹੋਇਆ ਹੀ ਨਹੀਂ ਤੇ ਦੂਜੀ ਗੱਲ ਕਿ ਹਿਟਲਰ ਨੂੰ ਨਾ ਕ੍ਰਿਕਟ ਦੇ ਨਾਲ ਕੋਈ ਦਿਲਚਸਪੀ ਸੀ ਤੇ ਨਾ ਹੀ ਤਾਰੀਖੀ ਹਵਾਲਿਆਂ ਦੇ ਨਾਲ ਉਹਨੇ ਕੋਈ ਮੈਚ 5 ਦਿਨਾਂ ਤੱਕ ਵੇਖਿਆ। ਇਸ ਤੋਂ ਅੱਡ ਜਰਮਨੀ ਦੇ ਸਰਕਾਰੀ ਰਿਕਾਰਡ ਮੁਤਾਬਕ ਜਰਮਨ ਕ੍ਰਿਕਟ ਐਸੋਸੀਏਸ਼ਨ ਨੇ 1950 ਵਿੱਚ ਕੰਮ ਕਰਨਾ ਸਟਾਰਟ ਕੀਤਾ, ਜਿਸ ਦਾ ਮਤਲਬ ਹੈ ਕਿ 1939 ਦੇ ਵਿੱਚ ਜਰਮਨੀ ਦੇ ਵਿੱਚ ਕ੍ਰਿਕਟ ਦਾ ਕੋਈ ਵਜੂਦ ਹੈ ਹੀ ਨਹੀਂ ਸੀ। ਦੂਜਾ, ਜਰਮਨੀ ਦੀ ਅੱਜ ਵੀ ਨੈਸ਼ਨਲ ਕ੍ਰਿਕਟ ਟੀਮ ਮੌਜੂਦ ਹੈ ਜੋ ਕਿ ਨਾਰਵੇ ਦੇ ਨਾਲ ਆਪਣਾ ਮੈਚ ਖੇਡ ਚੁੱਕੀ ਹੈ। ਇਹਦੇ ਨਾਲ ਨਾਲ 1999 ਤੋਂ ਲੈ ਕੇ ਹੁਣ ਤੱਕ ਜਰਮਨ ਇੰਟਰਨੈਸ਼ਨਲ ਕ੍ਰਿਕਟ ਕੌਂਸਲ ਦਾ ਯਾਨੀ ICC ਦਾ ਮੈਂਬਰ ਵੀ ਹੈ। 1996 ਦੇ ਵਿੱਚ ਯੂਰਪੀਅਨ ਕ੍ਰਿਕਟ ਟੂਰਨਾਮੈਂਟ ਦੀ ਮੇਜ਼ਬਾਨੀ ਵੀ ਜਰਮਨੀ ਨੇ ਕੀਤੀ ਸੀ, ਜਿਸ ਦੇ ਵਿੱਚ ਉਹਨੇ ਡੈਨਮਾਰਕ ਤੇ ਸਵੀਡਨ ਦੇ ਖਿਲਾਫ ਮੈਚ ਵੀ ਖੇਡੇ। ਇਹਨਾਂ ਸਾਰੀਆਂ ਗੱਲਾਂ ਨੂੰ ਮੁੱਖ ਰੱਖੀਏ ਤੇ ਪਤਾ ਲੱਗਦਾ ਹੈ ਕਿ ਜਰਮਨੀ ਵਿੱਚ ਅੱਜ ਵੀ ਕ੍ਰਿਕਟ ਖੇਡੀ ਤੇ ਪਸੰਦ ਕੀਤੀ ਜਾਂਦੀ ਹੈ। ਤੇ ਰਹੀ ਗੱਲ ਇਸ ਝੂਠੀ ਕਹਾਣੀ ਦੇ ਬਾਰੇ ਕਿ ਹਿਟਲਰ ਨੇ ਟੀਮ ਨੂੰ ਕਤਲ ਕਰ ਦਿੱਤਾ ਤੇ ਸਿਆਣੇ ਆਖਦੇ ਨੇ ਕਿ ਜੇ ਕੋਈ ਆਖੇ ਕਿ ਕੁੱਤਾ ਤੁਹਾਡਾ ਕੰਨ ਲੈ ਗਿਆ ਤੇ ਕੁੱਤੇ ਪਿੱਛੇ ਭੱਜਣ ਤੋਂ ਪਹਿਲਾਂ ਆਪਣਾ ਕੰਨ ਵੇਖ ਲਵੋ ਕਿ ਹੈ ਵੀ ਇਹ ਕਿ ਨਹੀਂ। ਸਾਡੀ ਕ੍ਰਿਕਟ ਬਾਰੇ ਬਲਕਿ ਜਰਮਨੀ ਦੇ ਹਵਾਲੇ ਦੇ ਨਾਲ ਜਿਹੜੀ ਕਹਾਣੀ ਹੈ ਉਹਦੇ ਬਾਰੇ ਜਿਹੜੀ ਇਹ ਵੀਡੀਓ ਸੀ, ਇਹ ਤੁਹਾਨੂੰ ਕੈਸੀ ਲੱਗੀ? ਇਹਦੇ ਬਾਰੇ ਸਾਨੂੰ ਜ਼ਰੂਰ ਦੱਸਿਆ ਜੇ।